ਹੈਲੋ, ਹਾਂ ਜੀ, ਸਲਾਮ ਅਲੈਕਮ। ਇਹ ਜਨਾਬ ਜਿਹੜੇ ਬੰਦੇ ਇਟਲੀ ਆਏ ਨੇ ਪੇਪਰ ਲੈਣ, ਇਹ ਜੀ ਉਹਨਾਂ ਦਾ ਲੱਗਿਆ ਜੇ ਆਵਾਮ ਸਾਰੀ ਲੰਮੀ ਪਈ ਜੇ ਤੇ ਜ਼ਲੀਲ ਹੋ ਗਈ ਆਵਾਮ, ਤੇ ਪਾਕਿਸਤਾਨ ਵੀ ਖਰਚੇ ਨਹੀਂ ਪੂਰੇ ਹੁੰਦੇ ਪਏ, ਤੇ ਬਿਲਕੁਲ ਨਾ ਰੌਲੇ ਹੀ ਰਹਿੰਦੇ ਨੇ ਉੱਥੇ ਵੀ। ਹੈ ਬਿਲਕੁਲ ਕੋਈ ਉੱਥੇ ਬੰਦਿਆਂ ਉਹ ਕੰਮ ਨਾ ਕੀਤਾ ਕਰੋ ਤੇ ਚੁੱਪ ਕਰਕੇ ਆਪਣਾ ਚਿੱਟੇ ਕੱਪੜੇ ਪਾ ਪਵਿਆ ਕਰੋ। ਬਸ ਜਿਹੜੇ ਇੱਥੇ ਆ ਗਏ ਜੀ ਉਹਨਾਂ ਨੇ ਦਲੀਲ ਕਰ ਛੱਡਿਆ ਜੀ। ਹੈ ਇਹ ਜਨਾਬ ਉਹ ਅੱਲਾ ਵਾਸਤਾ ਦਿੰਦੇ ਜੇ ਪੈ ਬੰਦੇ ਲੈਂਦੇ ਜੇ ਪੈ ਸਾਰੀ ਦੁਨੀਆ ਹੁਣ ਸ਼ਾਮੀ ਉਹ ਆਏ ਨੇ ਉਹ ਆ ਕੇ ਬੰਦਿਆਂ ਨੂੰ ਦਿੰਦੇ ਨੇ ਸਾਰੀ ਦਿਹਾੜੇ ਦੇ ਇੱਥੇ ਭੁੱਖਣ ਪਾਣੇ ਬੰਦੇ ਮਰ ਗਏ ਨੇ। ਤੇ ਉੱਥੇ ਬੜੀ ਉਂਝ ਮਗਾਈ ਏ, ਕੰਮ ਨਹੀਂ ਉੱਥੇ ਕਰਨਾ ਕਿਸੇ ਬੰਦੇ ਵੀ, ਕਿਉਂ ਜੇ ਗਏ ਜੇ ਸਾਰਿਆਂ ਦੇ ਬਾਹਰ ਹੈ, ਕਿਸੇ ਦਾ ਇਟਲੀ ਗਿਆ, ਕਿਸੇ ਦਾ ਸਪੇਨ, ਫਰਾਂਸ, ਬੈਲਜੀਅਮ, ਸਾਰਿਆਂ ਦੇ ਗਏ ਨੇ ਉੱਥੇ ਆਪਣਾ ਬੰਦੇ ਕਾਰਾਂ ਵਿੱਚ ਪਾਉਂਦੇ ਜੇ ਕੋਠੀਆਂ ਚ ਤੇ ਆਹ ਤੇ ਇਹ ਜੇ ਜਨਾਬ ਇਹ ਇਟਲੀ ਜੇ ਇਹ ਦੁਨੀਆ ਮਰਬਿਆਂ ਵਾਲੀ ਕੋਠੀਆਂ ਤੇ ਬੰਗਲਿਆਂ ਵਾਲੀ ਇਹ ਪਈ ਜੇ ਇਹ ਸਾਰਾ ਟਰਨਰ ਅਗਾਂ ਕੁਪਈਆਂ ਕਿਲਿਆਂ ਵਿੱਚ ਟਰਨਰ ਏ ਜਿਹਦੇ ਵਿੱਚ ਵਾਮ ਹੀ ਵਾਮ ਸਾਰੀ ਕੁ ਖਲਕਤਾਂ ਲੰਮੀ ਪਈ। ਠੀਕ ਸਹੀ ਹੈ ਜੀ, ਓਕੇ ਅੱਲਾ ਦੇ ਬਾਲੇ।